स्काई न्यूज़ पंजाब दे उत्ते इस वेले दी सब तो वड्डी अपडेट तुहानूं दे रहे हां कि पंजाब कांग्रेस दे कलेश विचकार हाई कमांड दे वल्लों इह कहा जांदा है कि मुख्यमंत्री कैप्टन अमरिंदर सिंह अस्तीफा देण। सूत्रां दे हवाले तों तुहानूं इह जानकारी दे रहे हां कि अज 5 बजे जिहड़ी मीटिंग होण जा रही है उस तों पहलां इह खबरां निकल के सामने आ रहीआं ने कि हाई कमांड ने मुख्यमंत्री कैप्टन अमरिंदर सिंह नूं अस्तीफा देण दे लई कहा है। ते हुण जेकर मुख्यमंत्री कैप्टन अमरिंदर सिंह अस्तीफा दे दिंदे ने तां उस तों बाद केड़ा नवां चेहरा होएगा मुख्यमंत्री वजों जां फिर होर केड़े बदलाव कीते जाणगे। साडे नाल इस वेले साडे पोलिटिकल एडिटर नीलपिंदर जुड़ चुके ने, उहनां तों ज़्यादा जानकारी लैंदे आ। जी सर, किवें देखदे हो मुख्यमंत्री नूं हाईकमान दे वल्लों अस्तीफा देण दे लई कहा गया? जी देखो, इह सूत्रां दे हवाले नाल खबर आ रही है, हालांकि जिहड़े दो ऑब्जर्वर पंजाब आ रहे ने जी, हरीश चौधरी ते अजय माकन जो कि सीनियर नेता ने कांग्रेस दे जी, जिहड़े अज शाम दी मीटिंग दे विच बतौर ऑब्जर्वर हाईकमान दे बैठणगे, उन्हां चों अजय माकन दा बयान आया कि हाले कोई जिहड़ा फेरबदल नहीं हैगा, सब कुछ ठीक ठाक है जी। पर इस दे नाल ही सूत्रां दे हवाले नाल खबर है, क्योंकि यही सूत्रां दे हवाले नाल खबर जिहड़ी सी कि 40 विधायकां ने पंजाबियां ने मुख्यमंत्री कैप्टन अमरिंदर सिंह दे खिलाफ इक चिट्ठी लिखी आ हाईकमान नूं, ਤਾਂ ਉਸ ਖਬਰ ਦੇ ਉੱਤੇ ਵੀ ਅੱਜ ਮੋਹਰ ਲੱਗ ਗਈ ਹੈ। ਸੋ ਸੂਤਰ ਆਮ ਤੌਰ ਦੇ ਉੱਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਗਲਤ ਸਾਬਤ ਹੁੰਦੇ ਨੇ, ਜ਼ਿਆਦਾ ਸਮੇਂ ਤੇ ਖਾਸ ਕਰ ਚੋਟੀ ਦੇ ਪੱਤਰਕਾਰਾਂ ਵੱਲੋਂ ਜਾਂ ਸਿਆਸੀ ਸਫਾਂ ਦੇ ਨਾਲ ਵਾਬਸਤਾ ਲੋਕਾਂ ਵੱਲੋਂ ਲਗਾਏ ਜਾਂਦੇ ਇਸ ਤਰ੍ਹਾਂ ਦੇ ਕਿਆਸ ਜਾਂ ਇਸ ਤਰ੍ਹਾਂ ਦੇ ਜੋ ਗੱਲਾਂ ਨੇ ਕਿ ਅੰਦਰ ਕੀ ਹੋ ਰਿਹਾ ਹੈ, ਸੋ ਗੁਮਗਾਹਟ ਜੋ ਹੈ ਉਹ ਕਈ ਵਾਰ ਸੱਚ ਸਾਬਤ ਹੁੰਦੀ ਹੈ, ਜਿਵੇਂ ਕਿ 40 ਵਿਧਾਇਕਾਂ ਦਾ ਚਿੱਠੀ ਲਿਖਣ ਦਾ ਮਾਮਲਾ ਸੀ। ਤੇ ਇਸੇ ਤਰ੍ਹਾਂ ਜਿਹੜੀ ਇਹ ਵੀ ਗੱਲ ਉਸੇ ਪੈਟਰਨ ਦੇ ਉੱਤੇ ਉਸੇ ਜਿਹੜਾ ਹੈਗਾ ਆਧਾਰ ਦੇ ਉੱਤੇ ਕਹੀ ਜਾ ਰਹੀ ਹੈ ਕਿ ਹਾਈਕਮਾਨ ਨੇ ਇਹ ਕਹਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਅੱਜ ਸ਼ਾਮ ਦੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਮੰਗ ਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਦੇ ਕਾਂਗਰਸ ਦੇ ਹੀ ਨੇ, ਸਿਰਫ ਉਹ ਭਾਰਤ ਦੇ ਜਾਂ ਪੰਜਾਬ ਦੇ ਬਹੁਤ ਵੱਡੇ ਸਿਆਸਤਦਾਨ ਨੇ, ਬਹੁਤ ਵੱਡੇ ਨੇਤਾ ਨੇ, ਉਹਨਾਂ ਦਾ ਆਪਣਾ ਕਦਬੂਤ ਹੈ, ਉਹਨਾਂ ਦਾ ਵੱਖ ਵੱਖ ਪਾਰਟੀਆਂ ਚ ਵੀ ਸਤਿਕਾਰ ਹੈ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦਾ ਸਤਿਕਾਰ ਕਰਦੇ ਨੇ। ਸੋ ਇੱਕ ਇਸ ਕਦਬੂਤ ਦੇ ਨੇਤਾ ਨੂੰ ਬਜਾਏ ਇਸ ਦੇ ਕਿ ਇੱਕ ਭਰੀ ਭਰਾਈ 80 MLAs ਦੀ ਮੀਟਿੰਗ ਦੇ ਵਿੱਚ ਜੋ ਕਿ ਅੱਜ ਸ਼ਾਮ ਨੂੰ 5 ਵਜੇ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ, ਉੱਥੋਂ ਜਿਹੜਾ ਹੈਗਾ ਲਾਇਆ ਜਾਵੇ ਜਾਂ ਉਹਨਾਂ ਦੇ ਖਿਲਾਫ ਵੋਟਿੰਗ ਕਰਾਈ ਜਾਵੇ, ਹੱਥ ਖੜੇ ਕਰਾਏ ਜਾਣ ਜਾਂ ਕੋਈ ਵੀ ਜਿਹੜਾ ਪ੍ਰਕਿਰਿਆ ਯੂਜ ਕੀਤੀ ਜਾਵੇ, ਉਹਨੂੰ ਇੱਜ਼ਤ ਮਾਣ ਨਾਲ ਜਿਹੜਾ ਹੈਗਾ ਮੌਕਾ ਦੇ ਦਿੱਤਾ ਜਾਏ ਕਿ ਉਹ ਇੱਕ ਵਾਰ ਅਸਤੀਫਾ ਦੇ ਦੇਣ ਅਹੁਦੇ ਤੋਂ। ਸ਼ਾਮ ਦੀ ਬੈਠਕ 'ਚ ਜੇਕਰ ਵਿਧਾਇਕ ਦਲ ਦੀ ਬਹੁਤਾਤ ਉਹਨਾਂ ਦੇ ਨਾਲ ਹੈ, ਬਹੁਗਿਣਤੀ ਉਹਨਾਂ ਨਾਲ ਹੈ, ਤਾਂ ਉਹ ਕੰਟੀਨਿਊ ਕਰਨਗੇ, ਕਿਉਂਕਿ ਅਸਤੀਫਾ ਮੰਗਿਆ ਗਿਆ ਹੋਣ ਦੇ ਜਿਹੜੀ ਹੈਗੀ ਆ ਖਬਰਾਂ ਆ ਰਹੀਆਂ ਨੇ, ਨਾ ਕਿ ਅਸਤੀਫਾ ਫਿਰ ਮਨਜ਼ੂਰ ਹੋਣ ਦੀਆਂ। ਜੀ ਬਿਲਕੁਲ, ਮਤਲਬ ਇਹ ਹੈ ਨਾ ਕਿ ਅਸਤੀਫਾ ਫਰਜ ਕਰੋ ਮੈਂ ਅੱਜ ਜਿੱਥੇ ਮੈਂ ਕਿਤੇ ਕੰਮ ਕਰਦਾ ਉੱਥੇ ਮੈਂ ਅਸਤੀਫਾ ਦੇ ਦੇਵਾਂ, ਉਹ ਸਾਰਾ ਕੁਝ ਨਹੀਂ ਹੁੰਦਾ ਜਦੋਂ ਤੱਕ ਉਹ ਅਦਾਰਾ, ਉਹ ਸਰਕਾਰ ਆ, ਉਹ ਹਾਈਕਮਾਨ ਆ, ਉਹ ਅਥਾਰਟੀਜ਼ ਉਸ ਨੂੰ ਪ੍ਰਵਾਨ ਨਾ ਕਰ ਲੈਣ। ਸੋ ਇਹ ਇਸ ਪਹਿਲੂ ਤੋਂ ਆ ਰਹੀ ਖਬਰ ਹੈ, ਪਰ ਇਸ 'ਚ ਇਹ ਆਪਾਂ ਨਹੀਂ ਕਹਿ ਸਕਦੇ ਕਿ ਇਹ ਕੋਈ ਕੱਚੀ ਪੱਕੀ ਖਬਰ ਹੋਏਗੀ, ਇਹ ਪੱਕੀ ਹੀ ਖਬਰ ਲੱਗ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਦੀ ਗਤੀਵਿਧੀਆਂ ਪੰਜਾਬ ਕਾਂਗਰਸ ਨੂੰ ਲੈ ਕੇ ਜਾਂ ਹਾਈਕਮਾਨ ਨੂੰ ਲੈ ਕੇ ਹੋ ਰਹੀਆਂ ਨੇ, ਕਿਉਂਕਿ ਆਮ ਤੌਰ ਦੇ ਉੱਤੇ ਵਿਧਾਇਕ ਦਲ ਦੀ ਜਿਹੜੀ ਮੀਟਿੰਗ ਹੈ ਉਹ ਵਿਧਾਇਕ ਦਲ ਦੇ ਜਿਹੜੇ ਨੇਤਾ ਹੁੰਦੇ ਨੇ ਹਾਊਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ, ਉਹਨਾਂ ਵੱਲੋਂ ਸੱਦੀ ਜਾਂਦੀ ਹੈ, ਤੇ ਵਿਧਾਇਕ ਦਲ ਦਾ ਨੇਤਾ ਇਨ ਦਾ ਹਾਊਸ ਸਦਨ ਦੇ ਵਿੱਚ ਉਹ ਮੁੱਖ ਮੰਤਰੀ ਹੁੰਦਾ ਉਸ ਸਮੇਂ ਦਾ ਮੁੱਖ ਮੰਤਰੀ, ਤੇ ਇਸ ਸਮੇਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ। ਉਹਨਾਂ ਵੱਲੋਂ ਵਿਧਾਇਕ ਦਲ ਦੀ ਮੀਟਿੰਗ ਨਹੀਂ ਬੁਲਾਈ ਗਈ, ਸਗੋਂ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਹਰੀਸ਼ ਰਾਵਤ ਨੇ ਅੱਧੀ ਰਾਤ ਦੇ ਕਰੀਬ ਜਿਹੜਾ ਹੈਗਾ ਸ਼ੁੱਕਰਵਾਰ ਦੇਰ ਰਾਤ ਜਿਹੜਾ ਇਸ ਨੂੰ ਟਵੀਟ ਕਰਕੇ ਇਹਦੀ ਜਾਣਕਾਰੀ ਦਿੱਤੀ ਹੈ। ਇਹਦਾ ਮਤਲਬ ਕਿ ਮੀਟਿੰਗ ਹਾਈਕਮਾਨ ਨੇ ਬੁਲਾਈ ਹੈ। ਤਾਂ ਫਿਰ ਸਰ ਜੀ, ਸਰ ਕਿਵੇਂ ਦੇਖਦੇ ਹੋ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਦਿੰਦੇ ਨੇ ਤੇ ਇਸ ਤੋਂ ਬਾਅਦ ਕਿਹੜਾ ਚਿਹਰਾ ਤੁਹਾਨੂੰ ਕੀ ਮਤਲਬ ਕਿਹੜਾ ਚਿਹਰਾ ਹੋ ਸਕਦਾ ਹੈ? ਦੇਖੋ, ਇਸ 'ਚ ਕਾਫੀ ਚੀਜ਼ਾਂ ਆ ਸਕਦੀਆਂ ਨੇ, ਕਿਉਂਕਿ ਸ਼ਾਮ ਨੂੰ ਵਿਧਾਇਕਾਂ ਨੇ ਇਕੱਠੇ ਹੋਣਾ ਹੈ, ਵਿਧਾਇਕਾਂ ਨੇ ਆਪਣਾ ਨੇਤਾ ਚੁਣਨਾ ਹੁੰਦਾ ਹੈ, ਤੇ ਉਸ ਤੋਂ ਬਾਅਦ ਇਹ ਵੀ ਵਿਧਾਇਕਾਂ ਨੇ ਜੇ ਆਪਾਂ ਸਿਆਸੀ ਤੌਰ ਦੇ ਉੱਤੇ ਦੇਖੀਏ ਤਾਂ ਕਾਂਗਰਸੀ ਵਿਧਾਇਕ ਜੋ ਕਿ ਕੁਝ ਹਫ਼ਤੇ ਪਹਿਲਾਂ ਇੱਕ ਕਾਂਗਰਸੀ ਮੰਤਰੀ ਦੇ ਘਰ ਦੇ ਵਿੱਚ ਜਿਹੜਾ ਡਿਨਰ ਪਾਰਟੀ ਦੇ ਜੁੜੇ ਸੀ, ਤੇ ਉੱਥੇ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਹੁਤ ਸਾਰੇ ਵਿਧਾਇਕ 60 ਤੋਂ ਉੱਤੇ ਵਿਧਾਇਕ ਉੱਥੇ ਪਹੁੰਚੇ ਨੇ, ਤੇ ਜਿਸਨੇ ਫੂਕ ਕੱਢ ਦਿੱਤੀ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰੇ ਹੋਈ ਉਸ ਬੈਠਕ ਦੀ ਜਿਸ 'ਚ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਗਈ, ਤੇ ਉਸ ਤੋਂ ਬਾਅਦ ਵਾਇਆ ਦੇਹਰਾਦੂਨ ਦਿੱਲੀ ਹਾਈਕਮਾਨ ਤੱਕ ਪਹੁੰਚ ਕੀਤੀ ਗਈ। ਪਰ ਉਸ ਤੋਂ ਬਾਅਦ ਜੋ ਇਹ ਡਿਵੈਲਪਮੈਂਟ ਹੋਈ ਹੈ, ਇਸ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜੇਕਰ ਉਹ ਚਿੱਠੀ ਸੱਚੀ ਮੁੱਚੀ 40 ਵਿਧਾਇਕਾਂ ਨੇ ਲਿਖੀ ਹੈ, ਕਿਉਂਕਿ 80 ਵਿਧਾਇਕ ਨੇ ਤਾਂ ਅੱਧੇ ਵਿਧਾਇਕਾਂ ਨੇ ਚਿੱਠੀ ਲਿਖੀ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਉਹ ਨਹੀਂ ਚਾਹੁੰਦੇ ਕਿ ਮੁੱਖ ਮੰਤਰੀ ਜੋ ਮੌਜੂਦਾ ਹੈ ਉਹ ਰਹੇ, ਜਾਂ ਮੌਜੂਦਾ ਜੋ
अगवाई की जा रही है सरकार की, जेड़े भी कांग्रसी विधायकों वालों सलाहकार वालों मुख्यमंत्री दे या जेड़े भी कैंप वालों, तो वह नहीं चाहते कि वह जरा अगवाई करता रहे, खासकर चोणों च जी है अगवाई उन्हों की कबूल नहीं है। सो इस करके बड़ा बड़ा स्पष्ट है कि एक हिंदू चेहरा भी लिया जा सकता है सुनील जाखड़, क्योंकि पंजाब के खासकर पिछले काफी लंबे समय तो किसी गैर जट या गैर सिख जरा मुख्यमंत्री की कुर्सी से बैठ का मौका नहीं मिले, या फिर नवजोत सिंह सिद्धू जो कि पहली पसंद हाईकमान भी मने जाते हैं, तो सब तो वह चर्चित नेता ने इस वक्त पंजाब कांग्रेस के। इस तो अलावा प्रगट सिंह का नाम भी चल रहा है कि जिस तरह के वह जापते चल रहे हैं कि चलो अगर दो तीन महीने वास्ते सिद्धू नू नहीं बिठाना कुर्सी के उत्ते कि सिद्धू नू अगले उम्मीदवार वजो पेश करना है तो वह भी हो सकते हैं, या कैप्टन अमरिंदर सिंह भी हो सकते हैं, पर उस तो पहला जरूरी है कि 5 बजे वाली जी मीटिंग है कांग्रेस भवन के उस कैप्टन अमरिंदर सिंह नू कोई सबक सिखाया जाएगा विधायकों वालों कि तुसी साडे नाल साढ़े चार साल यह नहीं किया ये किया ये किया ये नहीं किया, या तुहाडे जो सलाहकार ने जिन्होंने के जो डिफरेंसिस क्रिएट किए हुए मुख्यमंत्री के सलाहकारों की वड्डी फौज है जिहड़ियां दी जिहड़ी वुकत कई कैबिनेट मंत्रियों तो भी वध है, कई विधायकों कई कांग्रसियों तो कितने वध रही है सरकार च, जिन्होंने बड़े जिहड़े हैगे ने चम दियां चलाईयां ने साढ़े चार साल, जिस कारण कांग्रेस पार्टी इस मुकाम से आ गई है। दूजी हर जसप्रीत मैं एक तुहानू एग्जाम्पल देना चाहांगा, हाले इस हफ्ते ही गुजरात दे विच सेम कुछ सारा कुछ होके हटिया, हालांकि उत्थे सरकार भारतीय जनता पार्टी की है पर पार्टी भावे केंद्र दे विच भी जिहड़ी हैगी है काबज है, पर गुजरात दे विच उन्होंने चोणां नेड़े आउंदिया यह देखिया यह भांपिया कि इस मुख्यमंत्री की बदौलत इस चेहरे की बदौलत असीं चोणां च नहीं कुद सकते, तो उन्होंने रातों रात अपना मुख्यमंत्री बदलिया। हो सकता है कि उसे तो सबक सीखते हुए उस प्रक्रिया जो एक बार अजमा की कोशिश के शाम की 5 बजे की मीटिंग कांग्रेस हाईकमान ने रखी है, किते ना किते हाईकमान को लग रहा है 2022 मुख्यमंत्री कैप्टन अमरिंदर सिंह के चेहरे के नाल चोणां लड़निया मुश्किल ने, क्योंकि जेकर हाईकमान जेकर बिल्कुल जेकर हाईकमान इन्हां चीजां नूं महसूस कर रही है ताही उन्होंने इन्ने वड्डे स्टैप चके ने, इक ओ विधायकां दी मीटिंग सद्दी है जिन्हां दा मुखी कैप्टन अमरिंदर सिंह है, क्योंकि आपां अक्सर कहिंदे आ कि कैबिनेट च फेरबदल करना है तो यह प्रेरोगेटिव जिहड़ा हैगा मुख्यमंत्री दा हुंदा है, उहदा अधिकार खेत्र हुंदा, हाईकमान इस च सलाह दे सकदी है राय दे सकदी है पर हुक्म नहीं दे सकदी, पर विधायक दल की बैठक सद्दनी है आपां जेकर आपां प्रोसीजर देखिए जो नवी नवी सरकार बनती है नवी नवी कोई पार्टी सत्ता च आउंदी है तो उदों विधायक दल की मीटिंग होंदी है, बल्कि विधायक दल की मीटिंग का इन्ना महत्व है सियासत दे विच या प्रशासन दे विच प्रशासकी जिहड़ा हैगा हल्कियां दे विच, सो इह उदों जदों नवा नेता चुनना हुंदा नवा मुख्यमंत्री चुनना हुंदा उदों विधायक दल की बैठक हुंदी है, नवा कोई सैशन आ रहा हुंदा है अंदर की रणनीति रखनी है की एजेंडे रखने हैं की बिल लैके आने ने की कानून बनाने ने किस गल नूं नहीं करना इस गल नूं लैके विधायक दलों की मीटिंग होंदियां ने अक्सर, या फिर कोई संकट सरकार घिर गई है उस वक्त विधायक दल की मीटिंग होंदी है, विधायक दल की मीटिंग का मतलब हुंदा है कि गल इधर या उधर होने वाली है, हुण तक मीटिंग होंदियां रही विधायकों दी, हरीश रावत 3-4 महीने पहला तो जिहड़ा हैगा मीटिंग करते रहे ने, चरणजीत सिंह चन्नी दे घर अज तो 3-4 महीने पहला वर्चुअल मीटिंग हरीश रावत ने की, बहुत सारे विधायक जिहड़े ने पंजाब भवन च भी मिलते रहे ने, उस तो इलावा दिल्ली जाके भी मिलते रहे ने, उस तो पहला मुख्यमंत्री कैप्टन अमरिंदर सिंह वल्लों अपनी मर्जी नाल जो अपना एक सलाहकार चोण सलाहकार लाया गया सी प्रशांत किशोर उसने यह रवायत शुरू की सी विधायकों की मीटिंग उन्होंने पंजाब भवन च लैनिया शुरू की सी, जिस तो बाद काफी हल्ला भी मचिया सी होया सी क्योंकि उदों दे जिहड़े पीपीसीसी दे प्रधान जिहड़े ने ओह सुनील जाखड़ सन कहा के जा रहा सी कि जाखड़ साहब नूं बाईपास करके मीटिंग हो रही ने, तो उस तो बाद जिहड़ा प्रशांत किशोर नूं जरा परदे दे पिछे करना पिया सी कैप्टन कैंप नूं, सो यह विधायक दल की बैठक जिहड़ी हैगी काफी अहम हुंदी है, ते अज शाम नूं जिहड़ी कांग्रेस विधायक दल की बैठक होनी है जिस च के कैप्टन अमरिंदर सिंह नूं भी बतौर एक विधायक सधारण विधायक ही शामिल होना पैना है, क्योंकि उन्हां दी अगवाई नूं लैके उन्हां दी जिहड़ी हैगी है सीएमशिप दे उत्ते सवाल उठ रहे ने, उह भावें इह गल सच्ची होवे भावें झूठी होवे कि जिहड़ी हैगी है हाईकमान ने कैप्टन दा अस्तीफा मंग लिया है, पर क्योंकि उन्होंने जोड़े अहदे के उत्ते सवाल है उन्होंने अगवाई उत्ते सवाल है उन्होंने शाम की मीटिंग च एक बतौर एक नमाणे सधारण विधायक ही पेश होना पैना है, तो उत्थे जाके जेकर उन्होंने हक च वोटिंग होंगी है तो भी उन्होंने सफाई देनी पैनी है कि यह नौबत क्यों आई है विधायक दल की बैठक सदन की, जे उन्होंने विरोध च होंगी है फिर कैप्टन अमरिंदर सिंह वास्ते खुला मैदान है जिवें कहा जाता है कि वह भारतीय जनता पार्टी के भी संपर्क च ने
ਈਵਨ ਕਿ ਕਿਹਾ ਜਾਂਦਾ ਹੈ ਕਿ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਨੇ। ਪਹਿਲਾਂ ਵੀ ਉਹ ਕਾਂਗਰਸ ਚੋਂ ਜਿਹੜਾ ਛੱਡ ਕੇ ਅਕਾਲੀ ਦਲ ਚ ਆ ਗਏ ਸੀ, ਬਾਗੀ ਵੀ ਹੋ ਗਏ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਤਾਂ ਉਹ ਕੇਂਦਰ ਚ ਵਜ਼ੀਰ ਸੀਗੇ, ਉਹਨਾਂ ਨੇ ਵਜ਼ਾਰਤ ਛੱਡਦੀ ਸੀਗੀ ਉਸ ਦੇ ਰੋਸ ਵਜੋਂ। ਉਸ ਤੋਂ ਬਾਅਦ ਉਹ ਅਕਾਲੀ ਦਲ ਚ ਵੀ ਆਉਂਦੇ ਨੇ, ਅਕਾਲੀ ਦਲ ਛੱਡ ਕੇ ਫਿਰ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਦੇ ਨੇ। 2002 ਦੇ ਵਿੱਚ ਬਤੌਰ ਪ੍ਰਧਾਨ ਉਹ ਪਾਰਟੀ ਨੂੰ ਚੋਣਾਂ ਚ ਜਿਤਾਉਂਦੇ ਨੇ ਤੇ ਸਰਕਾਰ ਬਣਾ ਕੇ ਮੁੱਖ ਮੰਤਰੀ ਬਣਦੇ ਨੇ। ਸੋ ਇਹਨਾਂ ਦਾ ਲੰਮਾ ਇਤਿਹਾਸ ਰਿਹਾ ਹੈ, ਲੰਮਾ ਜਿਹੜਾ ਹੈਗਾ ਪਿਛੋਕੜ ਰਿਹਾ ਹੈ ਪਾਰਟੀਆਂ ਬਦਲਣ ਦਾ, ਇੱਧਰ ਤੋਂ ਉੱਧਰ ਹੋਣ ਦਾ। ਕਿਉਂਕਿ ਜਿਵੇਂ ਕਿ ਅੱਜ ਸਾਬਕਾ IPS ਮੁਹੰਮਦ ਮੁਸਤਫਾ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ 4.5 ਸਾਲ ਪਹਿਲਾਂ ਕਾਂਗਰਸ ਦੇ 80 ਵਿਧਾਇਕ ਜਿੱਤ ਗਏ ਸੀ ਪਰ ਮੁੱਖ ਮੰਤਰੀ ਕਾਂਗਰਸੀ ਨਹੀਂ ਮਿਲਿਆ। ਉਹਨਾਂ ਦੀ ਜਿਹੜੀ ਹੈਗੀ ਹੈ ਚੋਟ ਸਿੱਧੀ ਸਿੱਧੀ ਇਸ ਗੱਲ ਦੀ ਹੈ ਕਿ ਮੁੱਖ ਕੈਪਟਨ ਅਮਰਿੰਦਰ ਸਿੰਘ ਜਮਾਂਦਰੂ ਕਾਂਗਰਸੀ ਨਹੀਂ ਹੈਗੇ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਜਮਾਂਦਰੂ ਕਾਂਗਰਸੀ ਨਹੀਂ ਹੈਗੇ, ਹਾਲਾਂਕਿ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਸਰਦਾਰ ਭਗਵਾਨ ਸਿੰਘ ਜਿਹੜੇ ਨੇ ਐਡਵੋਕੇਟ, ਉਹ ਜਿਹੜੇ ਨੇ ਪੱਕੇ ਕਾਂਗਰਸੀ ਸੀ, ਪਰ ਉਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੱਤਾ ਸੁੱਖ ਭੋਗ ਕੇ ਆਏ ਨੇ, ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਪਤਨੀ ਅਕਾਲੀ ਸਰਕਾਰ ਚ CPS ਰਹੇ ਨੇ। ਇਸੇ ਤਰ੍ਹਾਂ ਪ੍ਰਗਟ ਸਿੰਘ ਅਕਾਲੀ ਦਲ ਚੋਂ ਆਏ ਨੇ, ਉਹ ਵੀ ਪੱਕੇ ਕਾਂਗਰਸੀ ਨੇ। ਜੇਕਰ ਇਹਨਾਂ ਚੋਂ ਕੋਈ ਪੱਕਾ ਕਾਂਗਰਸੀ ਹੈ ਤਾਂ ਉਹ ਚੌਧਰੀ ਸੁਨੀਲ ਜਾਖੜ ਨੇ। ਸੋ ਇਹ ਅੱਗੇ ਦੀ ਸਿਆਸਤ ਜਿਹੜੀ ਹੈਗੀ ਹੈ 5 ਵਜੇ ਤੋਂ ਬਾਅਦ ਜਾਂ 6 ਵਜੇ ਤੋਂ ਬਾਅਦ ਤੈਅ ਹੋਣੀ ਹੈ। ਪਰ ਅੱਜ ਦੀ ਦਾ ਦਿਨ ਜਿਹੜਾ ਅੱਜ ਦਾ ਸ਼ਨੀ ਜਿਹੜਾ ਭਾਰੀ ਲੱਗ ਰਿਹਾ ਮੈਨੂੰ ਅਮਰਿੰਦਰ ਸਿੰਘ ਉਹਨਾਂ ਦਾ। ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਅੱਜ 5 ਵਜੇ ਇਹ ਬੈਠਕ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਹੀ ਸਾਰੀ ਤਸਵੀਰ ਜਿਹੜੀ ਹੈ ਉਹ ਸਾਫ਼ ਹੋਏਗੀ। ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਸੀ ਉਹ ਤੁਹਾਡੇ ਸਾਹਮਣੇ ਰੱਖੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਾਈਕਮਾਨ ਨੇ ਅਸਤੀਫਾ ਮੰਗਿਆ। ਜੇਕਰ ਅਸਤੀਫਾ ਮੁੱਖ ਮੰਤਰੀ ਦੇ ਦਿੰਦੇ ਨੇ ਤਾਂ ਇਸ ਤੋਂ ਬਾਅਦ ਅਗਲਾ ਚਿਹਰਾ ਕਿਹੜਾ ਹੋਵੇਗਾ? ਸੁਨੀਲ ਜਾਖੜ ਹੋਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਜਾਂ ਫਿਰ ਹੋਰ ਕਿਹੜਾ ਪੈਂਤਰਾ ਜਿਹੜਾ ਹਾਈਕਮਾਨ ਹੁਣ ਖੇਡਣ ਜਾ ਰਹੀ ਹੈ, ਉਹ ਤਾਂ 5 ਵਜੇ ਤੋਂ ਬਾਅਦ ਹੀ ਸਾਫ਼ ਹੋਏਗਾ। ਬਾਕੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਇਸ ਲਈ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।